ਮਾਰੀ ਵੱਡੇ ਦਾ ਸੁਭਾਅ ਹੁੰਦਾ ਛੋਟੇ ਦੀ ਬੇਅਦਬੀ ਨੂੰ ਜਰ ਜਾਣਾ। ਇਹ ਵੀ ਵੱਡਾ ਆਪਣਾ ਮਨੁੱਖ ਵਿੱਚ ਕਿ ਆਪਣੇ ਤੋਂ ਮਾੜੇ ਦੀ ਕੀਤੀ ਬੇਅਦਬੀ ਨੂੰ ਵੀ ਵੱਡਾ ਹੌਸਲਾ ਕਰਕੇ ਜਰ ਜਾਣਾ। ਸ਼ਕਤੀ ਹੋਣੀ, ਤਾਕਤ ਹੋਣੀ ਉਹਨੂੰ ਭੰਨਣ ਤੋੜਨ ਦੀ, ਮਾਰਨ ਦੀ, ਦੁੱਖ ਦੇਣ ਦੀ, ਵੱਟਾਂ ਲੈਣ ਦੀ, ਪਰ ਕਹਿਣਾ ਨਾ ਇਹ ਵਿਚਾਰਾ ਕੰਮ ਅਕਲ ਹੈ, ਇਹਨੂੰ ਸਮਝ ਨਹੀਂ। ਇਹਦੇ ਕੋਲੋਂ ਤਾਂ ਹੋ ਗਈ ਕਿ ਜੇ ਮੈਂ ਵੀ ਇਸੇ ਤਰ੍ਹਾਂ ਕਰਾਂ ਤੇ ਇਹਦੇ ਨਾਲ ਮੇਰਾ ਫਰਕ ਕੀ ਹੋਇਆ। ਜਰ ਲੈਣ ਵੱਡਾ ਹੌਸਲਾ ਜੀਰਾ ਸਹੀਦਾ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾ। ਰੱਬ ਦੇ ਪਿਆਰਾਂ ਨੂੰ ਤਾਂ ਰੁੱਖ ਵਰਗਾ ਜੀਰਾ ਚਾਹੀਦਾ, ਰੁੱਖ ਵਰਗਾ ਦੇਸ਼ ਵਰਗਾ। ਸੱਤਰ ਤੀਖਣ ਕਾਚ ਡਾ ਰਿਹਾ ਮਨ ਨਾ ਕੀ ਨੋਰੋਸ, ਇੱਟਾਂ ਮਾਰੀਏ ਨੇ ਇੱਟਾਂ ਤੇ ਬੇਰੀ ਦੇਰ ਦਿੰਦੀ ਹੈ ਖਾਣ ਨੂੰ। ਜੇ ਸੋਟਾ ਵਗਾ ਕੇ ਮਾਰੀਏ ਤਾਂ ਅੰਬ ਛਕਣ ਵਾਸਤੇ ਅੰਬ ਦਿੰਦਾ, ਲੈ ਵੇ ਤੂੰ ਸੋਟੇ ਮਾਰ ਤੇ ਮੇਰੇ ਕੋਲ ਫਲ ਖਾ ਲੈ। ਇਹ ਰੁੱਖਾਂ ਦਾ ਜੀਰਾ ਬੜੀ ਔਖੀ ਗੱਲ ਹੈ। ਮਹਾਂਪੁਰਸ਼ ਤੇ ਵੱਡੇ ਕੁਛ ਘਾ ਲੈਣਾ ਬੜਾ ਸੌਖਾ ਹੈ, ਪਰ ਉਹ ਜੀਵਨ ਮਿਲਣਾ ਬੜੀ ਮੁਸ਼ਕਲ ਗੱਲ ਹੈ, ਔਖੀ ਗੱਲ।